ਉਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਹਾਂ, ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਗਿੰਦਰ ਕੌਰ ਕੁਝ ਦਿਨ ਪਹਿਲਾਂ ਜੋ ਕਿ ਅਕਾਲ ਚਲਾਣ ਕਰ ਗਏ, ਉਹਨਾਂ ਦੇ ਪਰਿਵਾਰ ਨੇ, ਸਮੂਹ ਪਰਿਵਾਰ ਨੇ ਮਿਲ ਕਰਕੇ ਗੁਰਸਿੱਖੀ ਦੀ ਮਰਿਆਦਾ ਅਨੁਸਾਰ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀ ਦਾ ਅਨੁਸਾਸਨਾ ਲੈਂਦਿਆਂ ਹੋਇਆਂ ਸਤਿਗੁਰੂ ਜੀ ਦੀ ਆਮ ਬਾਣੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਅੰਮ੍ਰਿਤ ਵੇਲੇ ਗੁਰਬਾਣੀਆਂ ਦੇ ਭੋਗ ਪੈ ਉਪਰੰਤ ਜੋ ਕਿ ਨਗਰ ਦੇ ਗੁਰਦੁਆਰਾ ਸਾਹਿਬਾਨ ਹੈ ਇਸ ਅਸਥਾਨ 'ਤੇ ਪਹੁੰਚ ਕਰਕੇ ਸਤਿਗੁਰੂ ਜੀ ਦੀ ਕਾਮ ਮਜ਼ੂਰੀ ਅੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਦੇ ਅੰਦਰ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦੇ ਹਰਮੁਖੀ ਰਾਗੀ ਦਿੱਤਾ ਭਾਈ ਹਰਿੰਦਰ ਸਿੰਘ ਜੀ ਜਿਨ੍ਹਾਂ ਕੋਲੋਂ ਆਪ ਜੀ ਨੇ ਗੁਰੂ ਦੀ ਬਾਣੀ ਦਾ ਵੈਰਾਗਮੈ ਕੀਰਤਨ ਸਰਵਣ ਕੀਤਾ ਹੈ। ਉਪਰੰਤ ਆਓ ਜੋ ਹੁਕਮ ਹੋਇਆ ਮੇਰੇ ਛੋਟੇ ਵੀਰ ਨਰਿੰਦਰ ਸਿੰਘ ਵੱਲੋਂ ਕਿ ਕੁਝ ਸਮਾਂ ਗੁਰਮੁਖ ਦੀਆਂ ਵਿਚਾਰਾਂ ਆਪਣੀ ਰਿਕਾਰਡ ਕੀਤੀਆਂ ਜਾਣ, ਕਿਉਂਕਿ ਮੌਤ ਇੱਕ ਅਟਲ ਸਚਿਆਈ ਹੈ। ਇਹ ਮੌਤ ਤੋਂ ਅਜੇ ਤੱਕ ਕੋਈ ਬਚ ਨਹੀਂ ਸਕਿਆ। ਸਾਡੀ ਦੁਨੀਆਂ ਦੇ ਉੱਤੇ ਵੱਡੇ ਵੱਡੇ ਰਾਜੇ ਮਹਾਰਾਜੇ ਕੀਰ ਪਖੰਬਰ ਔਰੀਏ ਸਿੱਧ ਜੋਗੀ ਹੋਏ ਹੈ ਜਿਨ੍ਹਾਂ ਨੇ ਬੜਾ ਜ਼ਿਕਰ ਕੀਤਾ ਕਿ ਮੌਤ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਿਆ ਜਾ ਸਕੇ ਪਰ ਕੋਈ ਬਚ ਨਹੀਂ ਸਕਿਆ। ਇਹਨੂੰ ਤੱਕ ਕਿ ਜਿਨ੍ਹਾਂ ਨੇ ਕਾਲੀ ਪਾਵੇ ਦੇ ਨਾਲ ਵਧਾ ਹੋਇਆ ਸੀ ਉਹਨਾਂ ਨੂੰ ਵੀ ਇੱਕ ਦਿਨ ਦੁਨੀਆਂ ਤੋਂ ਜਾਣਾ ਪਿਆ। ਬੰਦਗੀ ਕਰਕੇ ਤੇ ਵਰ ਪ੍ਰਾਪਤ ਕੀਤੇ ਹੋਏ ਸਨ ਕਿ ਮੈਂ ਨਾ ਰਾਤ ਮਰਾਂ, ਨਾ ਮੈਂ ਦਿਲੇ ਮਰਾਂ, ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਪ੍ਰਕਾਰ ਦੇ ਵਿੱਚ ਮਰਾਂ, ਨਾ ਮੈਂ ਕਿਸੇ ਸੈਕਟਰ ਤੋਂ ਮਰਾਂ, ਨਾ ਮੈਂ ਕਿਸੇ ਅਸਤਰ ਤੋਂ ਹੀ ਮਰਾਂ। ਭਾਵ ਕਿ ਮੈਂ ਮਰਾਂ ਹੀ ਨਾ, ਕਿੰਨੇ ਵਰ ਪ੍ਰਾਪਤ ਕੀਤੇ ਹੋਏ ਸਨ। ਪਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਹੁਕਮ ਹੋਇਆ ਤੇ ਨਰਸਿੰਘ ਦਾ ਰੂਪ ਧਾਰਨ ਕਰਕੇ ਕਾਲ ਆਇਆ ਤੇ ਉਹਨੂੰ ਵੀ ਮੌਤ ਹੋਏ, ਭਾਵ ਉਹ ਵੀ ਮੌਤ ਤੋਂ ਬਚ ਨਹੀਂ ਸਕਿਆ। ਭਾਣਾ ਇਹੋ ਜਿਹਾ ਵਰਤਿਆ ਕਿ ਵਰ ਪ੍ਰਾਪਤ ਕੀਤਾ ਸੀ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਮਰਾਂ, ਤੇ ਜਦੋਂ ਮੌਤ ਹੋਈ ਉਦੋਂ ਸਮਾਂ ਹੀ ਸੂਰਜ ਛਿਪਣ ਦਾ ਸਮਾਂ, ਸੂਰਜ ਅੰਦਰ ਬਾਹਰ ਸੀ ਤੇ ਉਦੋਂ ਉਹ ਆਣ ਕਰਕੇ ਮੌਤ ਦੀ ਹੋਈ। ਫਿਰ ਵਰ ਪ੍ਰਾਪਤ ਕੀਤਾ ਸੀ, ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਆਕਾਸ਼ ਦੇ ਵਿੱਚ ਹੀ ਮਰਾਂ। ਇਹਦੇ ਨਰਸਿੰਘ ਜੀ ਦਾ ਰੂਪ ਧਾਰਨ ਕੀਤਾ ਹੋਇਆ ਕਾਰਨ ਹੈ ਕਿ ਆਪਣੇ ਚੁੱਕ ਕੇ ਗੋਡਿਆਂ 'ਤੇ ਰੱਖ ਲਿਆ ਅਤੇ ਪੁੱਛਿਆ, ਦੱਸ ਵੀ ਹੋਣਾ ਕਿ ਸਤਨਾਮ ਸ੍ਰੀ ਵਾਹਿਗੁਰੂ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਰੇ ਵਾਹ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਕਿਰਤਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਗੁਰੂ ਗੁਰ ਤੇ ਅਮਰਦਾਸ ਰਾਮਣੇ ਬੋਲੋ ਜੀ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਰ ਸਦਕਾ ਸਰਬ ਸੁਖ ਹੋਏ।
बताया है, वो बहुत बढ़िया तरीके बताया है ताकि असी